ਹੈਲੋ, ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਨੂੰ ਅਸੀਂ ਕੈਨੇਡਾ ਵਿੱਚ ਤੀਆਂ ਦਾ ਤਿਉਹਾਰ ਕਿਵੇਂ ਸੈਲੀਬ੍ਰੇਟ ਕਰਦੇ ਆ ਤੁਹਾਨੂੰ ਦੱਸਦੇ ਹਾਂ। ਆਓ ਚੱਲੀਏ। ਬੱਲੇ ਬੱਲੇ ਬਹੁਤ ਅੜੀਏ 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 ਰੁੱਸੇ ਲਾਲਾਂ ਦਾ ਕੀ ਕਰੀਏ, ਅੰਦਰ ਵੜੇ ਤਮਗਰੇ ਵੜੀ ਚੁੰਨੀ ਲਾ ਪੈਰਾਂ ਤੇ ਦਰੀਏ। ਇੱਕ ਵਾਰੀ ਬੋਲ ਮਿੱਤਰਾ ਫੇਰ ਕਦੇ ਨਾ, ਇੱਕ ਵਾਰੀ ਬੋਲ ਮਿੱਤਰਾ ਫੇਰ ਕਦੇ ਨਾ ਲੜੀਏ, ਇੱਕ ਵਾਰੀ ਬੋਲ ਮਿੱਤਰਾ ਫੇਰ ਕਦੇ ਨਾ ਲੜੀਏ, ਬੋਲ ਮਿੱਤਰਾ। ਬੜੀਆਂ 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 ਵਿੱਚ ਕਚਹਿਰੀ ਦੇ ਭੂਆ ਭਤੀਜੀ ਲੜੀਆਂ ਵਿੱਚ ਪਾਉਣ ਨੇਰੀਆਂ ਬੀਬਾ ਜਾਣ ਨੇਰੀ ਸਾਰੇ ਪਿੰਡ ਵਿੱਚ ਫੇਰੇ ਗੱਲਾਂ ਫੇਰ ਬੜੀ ਪਟਿਆਲੇ ਪਟਿਆਲੇ ਸ਼ਹਿਰ ਦੀ ਮਰਜ਼ੀ, ਕਚਰੀ ਰੌਣਕ ਲੈ ਗਈ ਨਾਲੇ ਚਲਤੇ ਪੁੱਤਰ ਦਾ ਅਸਲਾ ਪਤੀਏ, ਨਾਲੇ ਚਲਤੇ ਪੁੱਤਰ ਦਾ ਅਸਲਾ ਪਤੀਏ, ਨਾਲੇ ਚਲਤੇ ਪੁੱਤਰ ਦਾ ਨਾਰੇ ਚਲਦੇ ਪੁੱਤਰ ਦਾ ਚਲੀਏ ਨਾਰੇ ਚਲਦੇ ਪੁੱਤਰ ਦਾ।
ਜਨਮ ਟੀਵੇ ਰੱਖਦਾ ਨੀ ਪਤਲਾ ਜਾ ਮਾਇਆ, ਜਨਮ ਟੀਵੇ ਰੱਖਦਾ ਨੀ ਪਤਲਾ ਜਾ ਮਾਇਆ, ਜਨਮ ਟੀਵੇ ਰੱਖਦਾ ਆਲੂ ਮੁੰਡਾ ਬਾਰੋ ਚੁੱਕ ਲਿਆਉਂਦਾ, ਰਿੰਨ ਕੇ ਨਾ ਦਿੰਦੀ ਜੱਟ ਡੰਡਾ ਖੜਕਾਉਂਦਾ, ਰਿੰਨ ਕੇ ਨਾ ਦਿੰਦੀ ਜੱਟ ਡੰਡਾ ਖੜਕਾਉਂਦਾ, ਰਿੰਨ ਕੇ ਨਾ ਦਿੰਦੀ ਜੱਟ ਮੁੰਡਾ
ਤੇਲੀਆਂ ਦੇ ਘਰ ਚੋਰੀ ਹੋ ਗਈ, ਚੋਰੀ ਹੋ ਗਈ ਰੂਹ ਬੇਜੈ ਵੜੀ ਦਿਆ ਵਿਚੇ ਸੁਨੀਤਾ ਤੂੰ ਬੇਜੈ ਵੜੀ ਦਿਆ ਵਿਚੇ ਸੁਨੀਤਾ ਤੂੰ ਬੇਜੈ ਵੜੀ ਸਕਦੇ ਹੋ ਤੀਆਂ ਦਾ ਤਿਉਹਾਰ ਪਿੱਛੇ ਕਿੰਨੇ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਜਾ ਰਿਹਾ, ਤੇ ਤੁਸੀਂ ਸਾਨੂੰ ਇੱਕ ਕਮੈਂਟ ਕਰਕੇ ਦੱਸਿਓ ਕਿ ਇਹ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਤੇ ਇਹ ਰੀਤ ਕਿੱਥੋਂ ਸ਼ੁਰੂ ਹੋਈ ਹੈ, ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ। ਰੁੱਖਾਂ ਦੇ ਪੀਮਣ ਤੇਰੀ ਬੈਠਕ ਨੇ ਤੇਰੇ ਹੱਥ ਵਿੱਚ ਗੁੱਲੀ ਡੰਡਾ ਮੇਰੇ ਹੱਥ ਪਟੋਲੇ ਟੁੱਟ ਗਈ ਜਾਰੀ ਤੋਂ ਗੜ ਬਿਨਾਂ ਬੋਲੇ ਟੁੱਟ ਗਈ ਜਾਰੀ ਤੋਂ ਗੜ ਬਿਨਾਂ ਬੋਲੇ ਟੁੱਟ ਗਈ ਜਾਰੀ ਤੋਂ ਗੜ ਬਿਨਾਂ ਬੋਲੇ ਟੁੱਟ ਗਈ ਜਾਰੀ ਤੋਂ ਦੋਸਤੀ ਲੱਗੀ ਕਿੱਕਰ ਦੀ ਟੀਸੀ ਨੀ ਚਿੜੇ ਚਿੜੀ ਦੋਸਤੀ ਮੇਰੀ ਸੀ ਕੁੱਟ ਪੀਤੀ ਲਾ ਕੇ ਤੋੜ ਗਈ ਯਾਰਾਂ ਨਾਲ।
ਪ੍ਰੀਤੀ ਲਾ ਕੇ ਤੋੜ ਗਈ, ਸਾਰਾ ਨਾਲ ਪ੍ਰੀਤੀ ਲਾ ਕੇ ਤੋੜ ਗਈ, ਸਜਣਾ ਨਾਲ ਤੂੰ ਪਰਦੇਸੀ ਨਾ, ਜਦੋਂ ਤੇਰ ਨੀ ਕੀਤੀ ਤੂੰ ਪਰਦੇਸੀ ਨਾ, ਜਦੋਂ ਤੇਰ ਨੀ ਸੱਸੇ ਨੀ ਲੱਗਦੇ ਦਲਾਸਾ, ਰੀਸ ਨਾ ਹੁੰਦੀ ਮਾਵਾਂ ਦੀ, ਮੈਂ ਮਛਲੀ ਦਰਿਆਵਾਂ ਦੀ, ਗੁਰਦਾਸਪੁਰ ਨੂੰ ਕਰਨੇ ਪਰ ਹੈ ਸਾਡੀ ਚੰਡੀਗੜ੍ਹ ਸੈਕਟਰ 20 ਦੇ ਕੋਈ, ਮੈਂ ਵੀ ਗੁਰਦਾਸਪੁਰ ਦੀ ਆ, ਬਟਾਲੇ ਦੇ ਕੋਲ ਮੇਰਾ ਪਿੰਡ ਹੈ ਕਾਦੀਆਂ, ਘਰ ਵਾਲੀ ਮੇਰੇ ਨਾਨਕੇ ਆ। ਹਾਂ ਨਹੀਂ ਤੁਸੀਂ ਮੇਰੇ ਸਾਥੀ ਹੋਈ ਹੋ, ਅਜੇ ਪੈਦਾ ਆਪਣੀ ਮੁਸਤੀ ਆ। ਸੋ ਵਧੀਆ ਲੱਗ ਰਿਹਾ ਸਾਰਿਆਂ ਨੂੰ, ਸਾਰੇ ਪੈਂਟਾਂ ਸਾਰੀਆਂ ਹਨਾ। ਲੋਪ ਹੋ ਗਈਆਂ ਬਸ ਉਹੀ ਮਤਲਬ ਕਿ ਹੁਣ ਇੱਥੇ ਦੇਖ ਲੈਣ ਗਏ ਬਚਪਨ ਯਾਦ ਆ। ਇਹਨਾਂ ਨੂੰ ਪੁੱਛ ਲਓ, ਮੈਨੂੰ ਪੁੱਛ ਲਓ ਤੇ ਬਚਪਨ ਚ ਕਿੱਦਾਂ ਤੁਹਾਡਾ, ਮਤਲਬ ਸਾਡੇ ਤਾਂ ਹੁਣ ਇੱਦਾਂ ਇੱਥੇ ਹਟ ਜਾ ਗਈਆਂ ਸੀ, ਥੋੜਾ ਜਾ ਮਾਹੌਲ ਨੀ ਸੀ ਵਧੀਆ ਹੁੰਦਾ, ਤੇ ਉਹ ਵਧੀਆ ਸੀ ਬਚਪਨ, ਬਹੁਤ ਜ਼ਿਆਦਾ ਵਧੀਆ ਸੀ ਸਾਡਾ। ਅਸੀਂ ਲੁਧਿਆਣੇ ਜ਼ਿਲ੍ਹੇ ਰਾਏਕੋਟ ਤੋਂ। ਪੰਜਾਬ ਯਾਦ ਆਉਂਦਾ ਜ਼ਿਆਦਾ, ਉੱਥੇ ਨਾਲ ਜ਼ਿਆਦਾ ਜੁੜੀਆਂ। ਬਚਪਨ ਚ ਵੀ ਲੱਗਦੀਆਂ ਤੀਆਂ, ਹੁਣ ਬਹੁਤ ਲੱਗਦੀਆਂ, ਪੀਂਘਾਂ ਪਿੱਛੇ ਲੜ ਪੈਂਦੀਆਂ ਤੀਆਂ, ਚੜ ਚੜ ਉੱਤੇ ਪਾਉਣੀਆਂ ਪੇਪਰਾਂ। ਇੱਕ ਵਾਰੀ ਉਹ ਬੰਦ ਹੋਇਆ ਸੀ ਜਦੋਂ ਰੌਲਾ ਨੀ ਪੈ ਗਿਆ। ਤੁਸੀਂ ਫਿਰ ਬੋਲੀ ਸੁਣਾ ਦੋ, ਇੱਕ ਬੋਲੀ ਮੈਂ ਤਾਂ ਪਾਇਆ ਹੀ, ਫਿਰ ਸੁਣਾ ਦੋ ਇੱਕ ਕੋਈ।
ਮੇਰੀ ਚੁੰਨੀ ਦੇ ਸਿਤਾਰੇ ਜਿਵੇਂ ਅੰਬਰਾਂ ਦੇ ਤਾਰੇ, ਮੇਰੀ ਚੁੰਨੀ ਦੇ ਸਿਤਾਰੇ ਜਿਵੇਂ ਅੰਬਰਾਂ ਦੇ ਤਾਰੇ, ਇੱਕ ਚੁੰਨੀ ਦਾ ਸਿਤਾਰਾ ਮੇਰਾ ਚੰਦ ਵਰਗਾ, ਮੁੰਡਾ ਮੋਲਿਆ ਮੁੰਡਾ ਮੋਲਿਆ ਸੋਨੇ ਦੀ ਬੰਗ ਵਰਗਾ, ਮੁੰਡਾ ਮੋਲਿਆ ਮੁੰਡਾ। ਥੈਂਕ ਯੂ। ਹਲੇ ਹਲੇ ਕਾਂ ਉੱਤੇ ਸਭ ਖਵਾਦਾ, ਜੋ ਵੀ ਰੋਵੇ ਪਰ ਜੋ ਵੀ ਰੋਵੇ ਬਾਪੂ ਕੱਲਾ ਮੱਚਾ ਚਾਂਦਾ। ਹਲੇ ਹਲੇ ਕਾਂ ਉੱਤੇ ਸਭ ਖਵਾਦਾ, ਜੋ ਵੀ ਰੋਵੇ ਬਾਪੂ ਕੱਲਾ ਬੰਜਾ ਚਾਂਦਾ। ਤੁਹਾਡਾ ਨਾਮ ਕੀ ਆ? ਕੀਰਤ। ਕੀਰਤ, ਹਾਂਜੀ। ਸਕੂਲ ਜਾਂਦੇ ਹੋ? ਨਹੀਂ। ਛੁੱਟੀਆਂ ਪਈਆਂ? ਹਾਂਜੀ। ਚਲੋ ਭਾਈ, ਕੀਰਤ ਦੀ ਹੁਣ ਤੱਕ ਦੇਖਣੀ ਆ।